ਮੈਂ ਕਹਾ ਜਿਹੜੇ ਕੌਮ ਦੇ ਰਾਜ਼ ਉਗਲ ਕੇ ਬਾਹਰ ਸੁੱਟਣ, ਯਾਨੀ ਕੌਮ ਦੇ ਜਿਹੜੇ ਖੁਫੀਆ ਰਾਹ ਦੇ ਏਜੰਟਾਂ ਨਾਲ ਮਰੀ ਜਾ ਕੇ ਮੁਲਾਕਾਤਾਂ ਕਰੇ, ਡਰੋ ਖੁਦਾ ਸੇ, ਹੋਸ਼ ਕਰੋ। ਇਹ ਗੱਦਾਰੀਆਂ ਜਿਹੜੀਆਂ ਨੇ ਮੁਲਕਾਂ ਦੇ ਬਰਬਾਦ ਕਰ ਦਿੰਦੀਆਂ। ਜਿਹੜਾ ਗੱਦਾਰ ਹੋਵੇ, ਗੱਦਾਰ ਕੇ ਲੀਏ ਸਜ਼ਾ ਜੋ ਹੈ ਵੋ ਮਾਫ਼ੀ ਹੈ ਹੀ ਨਹੀਂ। ਹਾਂ, ਇਬਰਾਹੀਮ ਗਾਰ ਦੀ ਸੀ ਨਾ, ਇਬਰਾਹੀਮ ਗਾਰ ਦੀ ਅਹਿਮਦ ਸ਼ਾਹ ਅਬਦਾਲੀ ਜਦੋਂ ਹਮਲਾ ਕੀਤਾ ਨਾ ਹਿੰਦੁਸਤਾਨ 'ਤੇ, ਇਬਰਾਹੀਮ ਗਾਰ ਦੀ ਮੁਸਲਮਾਨ ਸੀ, ਉਹ ਮਰਾਠਾ ਫੌਜ ਜਿਹੜੀ ਸੀ ਨਾ ਉਹਦੇ ਤੋਪਖਾਨੇ ਦਾ ਇੰਚਾਰਜ ਸੀ। ਅਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਤਾਂ ਉਹਨੇ ਉਹਨੂੰ ਖਤ ਲਿਖਿਆ, ਬੰਦਾ ਭੇਜਿਆ, ਉਹਨੇ ਕਿਹਾ ਕੁਫਰ ਇਸਲਾਮ ਦੀ ਜੰਗ ਹੈ, ਤੂੰ ਮਰਾਠਿਆਂ ਦੀ ਫੌਜ ਦੀ ਇਹ ਨਿਗਰਾਨੀ ਨਾ ਕਰ, ਇਹ ਤੋਪਖਾਨਾ ਛੱਡ ਕੇ ਮੁਸਲਮਾਨਾਂ ਵੱਲ ਆ ਜਾ। ਉਹਨੇ ਕਿਹਾ ਨਹੀਂ ਨਹੀਂ, ਮੈਂ ਮਰਾਠਿਆਂ ਦਾ ਨਮਕ ਖਾਧਾ, ਮੈਂ ਉਹਨਾਂ ਨਾਲ ਗੱਦਾਰੀ ਨਹੀਂ ਕਰ ਸਕਦਾ, ਮੈਂ ਉਹਨਾਂ ਦੀ ਤਰਫੋਂ ਤੇਰੇ ਨਾਲ ਲੜਨਾ ਹੈ। ਉਹਨੇ ਕਿਹਾ ਠੀਕ ਹੈ, ਮੈਦਾਨ ਲੱਗ ਗਿਆ, ਅਹਿਮਦ ਸ਼ਾਹ ਅਬਦਾਲੀ ਨੂੰ ਰੱਬ ਨੇ ਫਤਿਹ ਦਿੱਤੀ। ਹਾਂਜੀ, ਇਬਰਾਹੀਮ ਗਾਰ ਦੀ ਗ੍ਰਿਫਤਾਰ ਹੋ ਗਿਆ, ਗ੍ਰਿਫਤਾਰ ਹੋਣ 70 ਸਾਲ ਗੱਦਾਰਾਂ ਨਾਲ ਇੱਥੇ ਮਾਫ਼ੀ ਹੋਈ। ਹਾਂ, ਜੇ ਗੱਦਾਰਾਂ ਨੂੰ ਮਾਫ਼ੀ ਨਾ ਹੋਈ ਹੁੰਦੀ ਤਾਂ ਨਾ ਬੰਗਲਾਦੇਸ਼ ਟੁੱਟਦਾ, ਨਾ ਬਲੋਚਿਸਤਾਨ ਦੇ ਹਾਲਾਤ ਖਰਾਬ ਹੁੰਦੇ। ਹਾਂਜੀ, ਅਤੇ ਨਾ ਜਨਾਬ ਸਰਹੱਦਾਂ ਉੱਤੇ ਬੰਬ ਮਰਸਦੇ, ਨਾ ਬਾਜ਼ਾਰਾਂ ਵਿੱਚ ਖੁਦਕੁਸ਼ ਹਮਲੇ ਹੁੰਦੇ, ਨਾ ਫੌਜ ਉੱਤੇ ਹਮਲੇ ਹੁੰਦੇ, ਨਾ ਪੁਲਿਸ ਉੱਤੇ ਹਮਲੇ ਹੁੰਦੇ, ਨਾ ਮਸਜਿਦਾਂ 'ਚ ਬੰਬ ਧਮਾਕੇ ਹੁੰਦੇ, ਨਾ ਦਾਤਾ ਸਾਹਿਬ ਬੰਬ ਧਮਾਕੇ ਹੁੰਦੇ, ਨਾ ਬਾਬਾ ਫਰੀਦ ਬੰਬ ਧਮਾਕੇ ਹੁੰਦੇ, ਨਾ ਆਫੀਆ ਸਿੱਦੀਕੀ ਕੋਈ ਵੇਚਦਾ, ਨਾ ਮਸਜਿਦਾਂ ਦੇ ਸਪੀਕਰ ਉਤਰਦੇ, ਨਾ ਜਨਾਬ ਮਿਰਜ਼ਈਆਂ ਨੂੰ ਕੋਈ ਬਹਿਣ ਬਿਰਾ ਕਹਿੰਦਾ, ਨਾ ਮੁਮਤਾਜ਼ ਕਾਦਰੀ ਫੱਟੇ ਲੱਗਦਾ, ਨਾ 295 ਸੀ ਦਾ ਕਿਸੇ ਨੂੰ ਦਰਦ ਆਉਂਦਾ ਜੇ ਗੱਦਾਰਾਂ ਨੂੰ ਸਜ਼ਾ ਦਿੱਤੀ ਹੁੰਦੀ। ਹਾਂਜੀ, ਇਹ ਸਾਰੀ ਇਹ ਵੇ ਕਿ ਗੱਦਾਰ ਜਨਾ, ਨਹੀਂ ਜੀ ਨਹੀਂ ਨਹੀਂ ਨਹੀਂ, ਗੱਦਾਰ ਇਬਰਾਹੀਮ ਗਾਰ ਦੀ ਜਦੋਂ ਆਇਆ ਨਾ ਅਹਿਮਦ ਸ਼ਾਹ ਅਬਦਾਲੀ, ਹੁਕਮਰਾਨ ਹੋਤੇ ਹੈ ਯੇ। ਹਾਂਜੀ, ਹੁਕਮਰਾਨ ਹੋਤੇ ਹੈ ਯੇ ਜਿਨਕੇ ਪਾਸ ਫੈਸਲੇ ਕੀ ਪਾਵਰ ਹੋਤੀ ਹੈ। ਹਾਂਜੀ, ਇਬਰਾਹੀਮ ਗਾਰ ਦੀ ਜਦੋਂ ਗ੍ਰਿਫਤਾਰ ਹੋ ਕੇ ਸਾਹਮਣੇ ਆਇਆ ਨਾ ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਕਹਿਣ ਲੱਗਾ, ਮਾਫ਼ੀ ਚਾਹਤਾ ਹੂੰ, ਗਲਤੀ ਹੋ ਗਈ, ਲੱਖਾਂ ਸਲਾਮ ਹੋਇਆ ਅਹਿਮਦ ਸ਼ਾਹ ਅਬਦਾਲੀ ਤੇਰੇ 'ਤੇ। ਉਹਨੇ ਕਿਹਾ ਇਹਨੂੰ ਤੋਪ ਦੇ ਮੂੰਹ ਨਾਲ ਬੰਨੋ। ਹਾਂ, ਜਬ ਮੁਸਲਮਾਨੋ ਕੇ ਖਿਲਾਫ ਤੂੰ ਸਾਰਾ ਕੁਛ ਕਰਨੇ ਕੇ ਬਾਅਦ ਅਬ ਐਸੇ ਕਰਨੇ ਸੇ ਕਿਆ ਹੋਤਾ ਹੈ। ਉਹਨੇ ਕਿਹਾ ਤੋਪ ਦੇ ਮੂੰਹ ਨਾਲ ਬੰਨ ਕੇ ਨਾ, ਉਹਨੇ ਕਿਹਾ ਚਲਾਓ ਇਹ ਗੋਲਾ। ਜਦੋਂ ਉਹਨੇ ਗੋਲਾ ਚਲਾਇਆ ਨਾ ਤਾਂ ਉਹਨੇ ਤਾਰੀਖੀ ਜੁਮਲਾ ਕਿਹਾ ਇਬਰਾਹੀਮ ਗਾਰਦੀ ਨੂੰ, ਉਹਨੇ ਕਿਹਾ ਕਮੀਨਿਆ, ਮੈਂ ਤੈਨੂੰ ਉਸ ਵੇਲੇ ਜਿੱਕੇ ਸੀ ਵਾਪਸ ਆ ਮੁਸਲਮਾਨਾਂ ਦੀ ਤਰਫ, ਤੂੰ ਮਰਾਠਿਆਂ ਦੇ ਤੋਪਖਾਨੇ ਚਲਾ ਕੇ ਹੁਣ ਕਹਿੰਦਾ ਮਾਫ਼ੀ। ਹਾਂ, ਉਸਨੇ ਤਾਰੀਖੀ ਜੁਮਲਾ ਕਿਹਾ, ਕਾਸ਼ ਕਿ ਮੁਸਲਮਾਨ ਇਹਨੂੰ ਸਮਝਦੇ। ਉਹਨੇ ਜਦੋਂ ਉਡਾਇਆ ਨਾ ਉਹਦੇ ਪਰਖਚੇ ਉੜੇ ਅਤੇ ਕਹਿਣ ਲੱਗਾ, ਸੁਣ, ਖਤਾਕਾਰ ਕੇ ਲੀਏ ਮਾਫ਼ੀ ਹੈ, ਗੱਦਾਰ ਕੇ ਲੀਏ ਕੋਈ ਮਾਫ਼ੀ ਨਹੀਂ। ਜਿਹੜੇ ਪਾਕਿਸਤਾਨ ਵਿੱਚ ਅੱਲਾਹ ਅਕਬਰ ਦੀ ਗੂੰਜ ਬਰਦਾਸ਼ਤ ਨਾ ਕਰ ਸਕੇ, ਕਹਿੰਦੇ ਨੇ ਇੱਕ ਤਰਫ ਸਪੀਕਰ ਲਾਓ, ਚਾਰ ਤਰਫ ਲਾਓਗੇ ਤਾਂ ਅੱਲਾਹ ਅਕਬਰ ਦੀ ਗੂੰਜ ਆ ਜਾਏਗੀ। ਇਹਨਾਂ ਤੋਂ ਵੱਡਾ ਗੱਦਾਰ ਕਾਇਨਾਤ ਵਿੱਚ ਕੌਣ ਸੀ? ਜਿਹਨਾਂ ਅੱਲਾਹ ਦੇ ਅੱਲਾਹ ਅਕਬਰ ਦੀ ਗੂੰਜ ਉੱਠਦੀ ਸੀ ਨਾ ਹਰ ਤਰਫੋਂ, ਲਾਹੌਰ 'ਚ ਪਤਾ ਲੱਗਦਾ ਸੀ ਸਰਗੀ ਦੇ ਵੇਲੇ ਜਦੋਂ ਖਤਮ ਹੁੰਦੀ, ਅਜ਼ਾਨਾਂ ਹੁੰਦੀਆਂ ਸਨ, ਪਤਾ ਲੱਗਦਾ ਸੀ ਵੀ ਹਰ ਤਰਫੋਂ ਅੱਲਾਹ ਅਕਬਰ, ਅਸ਼ਹਦੁ ਅੱਲਾ ਇਲਾਹ। ਇਹਨਾਂ ਬੰਦ ਕਰਕੇ ਕਿਹੜੇ, ਤੁਸੀਂ ਕੌਣ ਸੇ ਪਾਕਿਸਤਾਨ ਕੀ ਬਾਤ ਕਰਤੇ ਹੋ?